ਮੈਨੂੰ 18 ਸਾਲ ਹੋ ਗਏ ਜੀ, ਜਿਹੜੀ ਮੈਂ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਉਂਦਾ ਜੀ, ਮੈਨੂੰ ਪੂਰਾ 18 ਸਾਲ ਤੋਂ ਮੈਂ ਕਰਾ ਰਿਹਾ ਪੰਜਾਬ ਪੱਧਰ ਦੇ ਚੈਂਪੀਅਨਸ਼ਿਪ। ਇਸ ਵਿੱਚ ਜਿਹੜੇ ਖਿਡਾਰੀ ਆ ਪੂਰੇ ਓਵਰਆਲ ਪੂਰੇ ਪੰਜਾਬ ਦੇ ਵਿੱਚੋਂ ਪਾਰਟੀਸਪੇਟ ਕਰਦੇ ਆ ਜੀ। ਕਾਫੀ ਖਰਚਾ ਆ ਜਾਂਦਾ, 6-7 ਲੱਖ ਰੁਪਈਆ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਉਣ ਦੇ ਵਿੱਚ ਖਰਚਾ ਆ ਜਾਂਦਾ। ਇਹੋ ਜਿਹੇ ਚੈਂਪੀਅਨਸ਼ਿਪ ਹੋਣਗੀਆਂ ਤਾਂ ਲੋਕਾਂ ਦਾ ਧਿਆਨ ਨਸ਼ੇ ਤੋਂ ਵੱਲ ਖਤਮ ਹੋ ਜਾਊਗਾ, ਬਿਲਕੁਲ ਖਤਮ ਹੋ ਜਾਊਗਾ, ਨਸ਼ੇ ਤੋਂ ਧਿਆਨ ਬਿਲਕੁਲ ਖਤਮ ਹੋ ਜਾਊਗਾ। ਅਤੇ ਕੋਈ ਵੀ ਗਰੀਬ ਬੱਚਾ ਜਿਹੜਾ ਐਕਸਰਸਾਈਜ਼ ਮਿਹਨਤ ਲਾਉਣਾ ਚਾਹੁੰਦਾ ਵਾ, ਜਿੰਮ ਲਗਾਉਣਾ ਚਾਹੁੰਦਾ, ਉਹਨੂੰ ਨਹੀਂ ਪੈਸੇ ਹੈਗੇ, ਉਸਨੂੰ ਫਰੀ ਐਡਮਿਸ਼ਨ ਫਰੀ ਕੋਚਿੰਗ ਦਿੱਤੀ ਜਾਊਗੀ। ਰਾਜ ਮੇਰੀ ਬੋਡੀ ਦਾ ਇਹ ਕੀ ਹੈ ਕਿ ਮੈਂ ਦੇਖੋ ਜੀ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਥੋੜ੍ਹਾ ਖਾ ਲਓ, ਚੰਗਾ ਖਾ ਲਓ ਔਰ ਮਿਹਨਤ ਕਰੋ। ਮੇਰੇ ਨੌਜਵਾਨ ਆ ਉਹ ਸਰੀਰ ਬਣਾਉਣ ਦੇ ਲਈ ਸ਼ੋਰਟਕੱਟ ਬਣਾਉਂਦੇ ਆ, ਸ਼ੋਰਟਕੱਟ ਨਾ ਅਪਣਾਓ, ਜਿੱਥੇ ਸਾਲ 'ਚ ਤਿਆਰ ਹੋਣਾ ਉੱਥੇ 2 ਸਾਲ ਲੱਗ ਜਾਊਗੇ। ਹੋਰ ਇਹ ਮਿਹਨਤ ਲਾਉਣੀ ਪੈਂਦੀ ਹੈ, ਡਾਇਟ ਖਾਣੀ ਪੈਂਦੀ ਚੰਗੀ, ਡੱਬਿਆਂ ਨਾਲ ਤਗੜਨੇ ਦਾ। 4-5-7 ਜਿਹੜੇ ਮੇਰੇ NRA ਭਰਾ ਵਾ, NRA ਭਰਾਵਾਂ ਦੇ ਸਹਿਯੋਗ ਨਾਲ। ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ। ਅਸੀਂ ਆਪਣੇ ਸਮਰ ਨਿਊਜ਼ ਚੈਨਲ ਦੇ ਜ਼ਰੀਏ ਅਕਸਰ ਹੀ ਤੁਹਾਨੂੰ ਪੰਜਾਬ ਦੀਆਂ ਵੱਖ ਵੱਖ ਸ਼ਖਸੀਅਤਾਂ ਨਾਲ ਰੂਬਰੂ ਕਰਾਉਂਦੇ ਆ ਰਹੇ ਹਾਂ, ਪਰ ਅੱਜ ਵੀ ਤੁਹਾਨੂੰ ਜਿਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਉਹ ਸਾਡੇ ਜੰਡਿਆਲਾ ਗੁਰੂ ਦੀ ਸ਼ਾਨ ਕਹਿ ਸਕਦੇ ਹਾਂ। ਇਹਨਾਂ ਨੇ ਸਾਡੇ ਜੰਡਿਆਲਾ ਗੁਰੂ ਦਾ ਨਾਮ ਜਿਹੜਾ ਪੂਰੇ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਇਹਨਾਂ ਨੇ ਸਾਡੇ ਜੰਡਿਆਲਾ ਗੁਰੂ ਦਾ ਨਾਮ ਰੋਸ਼ਨ ਕੀਤਾ ਵਾ, ਜਿਨ੍ਹਾਂ ਦਾ ਨਾਮ ਹੈਗਾ ਜੀ ਵਰਿੰਦਰ ਸੂਰੀ। ਵਰਿੰਦਰ ਸੂਰੀ ਜੀ, ਸਭ ਤੋਂ ਪਹਿਲਾਂ ਜੀ ਸਮਰ ਨਿਊਜ਼ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਮੈਂ ਸਮਰ ਨਿਊਜ਼ ਚੈਨਲ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਉਹ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਘਰ ਆਏ। ਵਰਿੰਦਰ ਸੂਰੀ ਜੀ, ਅਕਸਰ ਅਸੀਂ ਦੇਖਦੇ ਹਾਂ ਤੁਸੀਂ ਜਿਹੜੇ ਆ ਕੰਪੀਟੀਸ਼ਨ ਕਰਾਉਂਦੇ ਜੇ, ਚੈਂਪੀਅਨਸ਼ਿਪ ਕਰਾਉਂਦੇ ਜੇ, ਕਿੰਨੇ ਚਿਰ ਤੋਂ ਤੁਸੀਂ ਕਰਾਉਂਦੇ ਆ ਰਹੇ ਜੇ? ਇਹ ਜੀ ਪ੍ਰੋਪਰ ਮੈਨੂੰ 18 ਸਾਲ ਹੋ ਗਏ ਜੀ, ਜਿਹੜੀ ਮੈਂ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਉਂਦਾ ਜੀ, ਮੈਨੂੰ ਪੂਰਾ 18 ਸਾਲ ਤੋਂ ਮੈਂ ਕਰਾ ਰਿਹਾ ਪੰਜਾਬ ਪੱਧਰ ਦੇ ਚੈਂਪੀਅਨਸ਼ਿਪ। ਅੱਛਾ ਜੀ, ਅਤੇ ਇਹਦੇ ਵਿੱਚ ਕਿੱਥੋਂ ਕਿੱਥੋਂ ਬੱਚੇ ਆਉਂਦੇ ਪਾਰਟੀਸਪੇਟ ਕਰਨ ਵਾਸਤੇ? ਇਸ ਵਿੱਚ ਜਿਹੜੇ ਖਿਡਾਰੀ ਆ ਪੂਰੇ ਓਵਰਆਲ ਪੂਰੇ ਪੰਜਾਬ ਦੇ ਵਿੱਚੋਂ ਪਾਰਟੀਸਪੇਟ ਕਰਦੇ ਆ ਜੀ। ਹਾਂਜੀ। ਅੱਛਾ ਜੀ, ਇਹ ਪੰਜਾਬ ਤੋਂ ਬਾਹਰੋਂ ਵੀ ਆਉਂਦੇ ਕੋਈ? ਹਾਂਜੀ, ਪੰਜਾਬ ਤੋਂ ਬਾਹਰ ਵੀ ਖੇਡ ਸਕਦੇ, ਖੇਡਦੇ ਆ, ਪਾਣੀਪਤ ਤੋਂ, ਦਿੱਲੀ ਸਟੇਟ ਤੋਂ ਵੀ ਖੁੰਦੇ ਆ, ਹੋਰ ਵੀ ਸਟੇਟਾਂ ਤੋਂ ਵੀ ਕਈ ਆ ਜਾਂਦੇ ਆ, ਪਰ ਆਪਾਂ ਖੇਡਣ ਦਾ ਮੌਕਾ ਦਿੰਦੇ ਹਾਂ। ਪਰ ਮੈਂ ਜਿਹੜਾ ਸਟੇਟ ਵੈਸੇ ਮੈਂ ਇੱਕ ਪੰਜਾਬ ਸਟੇਟ ਲੈਵਲ ਦਾ ਹੀ ਕਰਾਉਂਦਾ ਚੈਂਪੀਅਨਸ਼ਿਪ ਕਰਾਉਂਦਾ, ਜੇ ਖੇਡਣਾ ਚਾਹੇ ਖਿਡਾਰੀ ਕਿਤੋਂ ਵੀ ਆਲ ਇੰਡੀਆ ਤੋਂ ਖੇਡ ਸਕਦਾ। ਇਹ ਜਿਹੜੀ ਚੈਂਪੀਅਨਸ਼ਿਪ ਕਰਾਉਂਦੇ ਜੇ ਤੁਸੀਂ, ਇੱਥੇ ਲਗਭਗ ਖਰਚਾ ਵੀ ਕਾਫੀ ਆਉਂਦਾ ਹੋਊਗਾ? ਬਿਲਕੁਲ ਜੀ, ਕਾਫੀ ਖਰਚਾ ਆ ਜਾਂਦਾ, 6-7 ਲੱਖ ਰੁਪਈਆ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਉਣ ਦੇ ਵਿੱਚ ਖਰਚਾ ਆ ਜਾਂਦਾ। ਇਹ ਜਿਹੜਾ ਫਿਰ ਇੰਨਾ ਖਰਚਾ ਆਉਂਦਾ, ਇਹਦਾ ਤੁਸੀਂ ਕਿਸ ਤਰ੍ਹਾਂ ਅਰੇਂਜ ਕਰਦੇ ਜੇ? ਰੇਂਜ ਜੀ, ਜਿੱਦਾਂ ਮੇਰੇ 4-5-7 ਜਿਹੜੇ ਮੇਰੇ NRA ਭਰਾ ਵਾ, NRA ਭਰਾਵਾਂ ਦੇ ਸਹਿਯੋਗ ਨਾਲ, ਅਤੇ ਜਾਂ ਮੇਰੇ ਜੰਡਿਆਲਾ ਵਾਸੀ ਆ ਮੇਰੇ ਸ਼ਹਿਰ ਦੇ, ਜੰਡਿਆਲਾ ਸ਼ਹਿਰ ਦੇ ਮੇਰੇ ਭਰਾ ਵੱਡੇ ਛੋਟੇ, ਉਹ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਵਕਤ ਖੜ੍ਹੇ ਹੁੰਦੇ, ਹਰ ਸਾਲ ਮੇਰੀ ਮਦਦ ਕਰਦੇ। ਜੇਕਰ ਆਪਾਂ ਸਰਕਾਰਾਂ ਦੀ ਗੱਲ ਕਰੀਏ, ਹੁਣ ਤੱਕ ਤੁਹਾਨੂੰ ਸਰਕਾਰਾਂ ਵੱਲੋਂ ਕਿੱਦਾਂ ਦਾ ਸਹਿਯੋਗ ਮਿਲਦਾ ਰਿਹਾ ਤੁਹਾਡੇ? ਜਿੱਦਾਂ ਤੁਸੀਂ 18 ਸਾਲ ਕਹਿੰਦੇ ਜੇ ਕਿ 18 ਸਾਲ ਹੋ ਗਿਆ, ਉਹਦੇ ਵਿੱਚ ਅਕਾਲੀਆਂ ਦਾ ਰਾਜ ਵੀ ਰਿਹਾ, ਕਾਂਗਰਸ ਦਾ ਵੀ ਰਿਹਾ, ਅਤੇ ਹੁਣ 2-2.5 ਸਾਲ ਤੋਂ ਆਮ ਆਦਮੀ ਪਾਰਟੀ ਦਾ ਰਾਜ ਵੀ ਚੱਲ ਰਿਹਾ, ਕਿਸੇ ਸਰਕਾਰ ਨੇ ਤੁਹਾਡੀ ਹੁਣ ਤੱਕ ਮਦਦ ਕੀਤੀ ਹੈ? ਦੇਖੋ ਜੀ, ਅੱਜ ਤੱਕ ਜਿਹੜੀਆਂ ਪਿਛਲੀਆਂ ਸਰਕਾਰਾਂ ਜਾਂ ਹੁਣ ਦੀਆਂ ਸਰਕਾਰਾਂ, ਅੱਜ ਤੱਕ ਕਿਸੇ ਸਰਕਾਰਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਕੋਈ ਸਰਕਾਰਾਂ ਨੇ ਮਦਦ ਨਹੀਂ ਕੀਤੀ। ਮਤਲਬ
ਮੈਨੂੰ ਲੱਗਦਾ ਕਿ ਤੁਸੀਂ ਸਰਕਾਰਾਂ ਤੋਂ ਕਾਫੀ ਖਫਾ ਲੱਗਦੇ ਜੇ, ਮਤਲਬ ਇੱਕ ਐਡਾ ਵੱਡਾ ਉਪਰਾਲਾ ਤੁਸੀਂ ਕਰਦੇ ਜੇ ਇਹ ਲੋਕਾਂ ਨੂੰ ਨਸ਼ਿਆਂ ਤੋਂ ਇੱਕ ਨਸ਼ਿਆਂ ਵਾਲੇ ਪਾਸਿਓਂ ਹਟਾ ਕੇ ਇੱਕ ਚੰਗੀ ਸਿਹਤ ਬਣਾਉਣ ਵਾਸਤੇ ਤੁਸੀਂ ਐਡਾ ਵੱਡਾ ਉਪਰਾਲਾ ਕਰਦੇ ਜੇ, ਅਤੇ ਔਰ ਜੇਕਰ ਸਰਕਾਰਾਂ ਨਸ਼ਾ ਬੰਦ ਨਹੀਂ ਕਰ ਸਕਦੀਆਂ ਤਾਂ ਸਰਕਾਰਾਂ ਦਾ ਇੰਨਾ ਤਾਂ ਫਰਜ਼ ਹੈਗਾ ਨਾ ਵੀ ਜਿਹੜਾ ਬੰਦਾ ਕੋਈ ਨਸ਼ਿਆਂ ਨੂੰ ਨਸ਼ਿਆਂ ਵਾਲੇ ਪਾਸਿਓਂ ਬੱਚਿਆਂ ਨੂੰ ਹਟਾ ਕੇ ਕਿਸੇ ਚੰਗੇ ਪਾਸੇ ਲਾ ਰਿਹਾ, ਉਹਦੀ ਮਦਦ ਕੀਤੀ ਜਾਵੇ ਕਿਸੇ ਤਰ੍ਹਾਂ ਦੀ? ਮੈਂ ਸਰਕਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੈਨੂੰ ਨਹੀਂ ਕੁਝ ਚਾਹੀਦਾ ਅਤੇ ਨਾ ਮੈਂ ਤੁਹਾਡੇ ਕੋਲ ਕੁਝ ਮੰਗਦਾ। ਮੈਂ ਹੱਥ ਬੰਨ੍ਹ ਕੇ ਇਹੋ ਹੀ ਬੇਨਤੀ ਕਰਦਾ, ਇਹੋ ਜਿਹੀਆਂ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਓ, ਸਾਲ ਦੇ ਵਿੱਚ 5-6 ਇਹੋ ਜਿਹੀਆਂ ਚੈਂਪੀਅਨਸ਼ਿਪ ਕਰਾਓ ਜਿਹਦੇ ਨਾਲ ਨੌਜਵਾਨ ਨਸ਼ੇ ਦੀਆਂ ਦਲਦਲਾਂ 'ਚ ਫਸੇ ਆ, ਨੌਜਵਾਨ ਅੱਗੇ ਨਾਲੋਂ ਜ਼ਿਆਦਾ ਜੁੜਨ। ਇਹੋ ਜਿਹੇ ਚੈਂਪੀਅਨਸ਼ਿਪ ਹੋਊਗੀਆਂ ਅਤੇ ਲੋਕਾਂ ਦਾ ਧਿਆਨ ਨਸ਼ੇ ਤੋਂ ਵੱਲ ਖਤਮ ਹੋ ਜੂਗਾ, ਬਿਲਕੁਲ ਖਤਮ ਹੋ ਜੂਗਾ, ਨਸ਼ੇ ਤੋਂ ਧਿਆਨ ਬਿਲਕੁਲ ਖਤਮ ਹੋ ਜੂਗਾ। ਉਹ ਮੈਂ ਤੁਹਾਨੂੰ ਯਕੀਨੀ ਦਿਵਾਉਂਦਾ ਕਿ ਜੇ ਇਹੋ ਜਿਹੇ ਸਰਕਾਰਾਂ ਸਾਲ ਦੇ ਵਿੱਚ 5-7 ਚੈਂਪੀਅਨਸ਼ਿਪ ਕਰਾਉਣ ਤਾਂ ਉਹ ਸਾਡੇ ਜਿਹੜੇ ਨੌਜਵਾਨ ਆ ਉਹ ਖੇਡਾਂ ਨਾਲ ਪ੍ਰੋਪਰ ਜੁੜੂਗੇ। ਇਹ ਵਰਿੰਦਰ ਜੀ, ਤੁਸੀਂ ਮੇਰੇ ਖਿਆਲ ਆਪਣਾ ਜਿੰਮ ਵੀ ਚਲਾਉਂਦੇ ਜੇ? ਬਿਲਕੁਲ ਜੀ, ਮੈਨੂੰ ਆਪਣਾ ਜਿੰਮ ਚਲਾਉਂਦਿਆਂ ਨੂੰ 20 ਸਾਲ ਹੋ ਗਏ ਜੀ। 20 ਸਾਲ ਹੋ ਗਏ ਆ। ਔਰ ਇਹ ਆਪਾਂ ਜਿੱਦਾਂ ਕੋਈ ਲੋੜਵੰਦ ਬੱਚਾ ਵਾ ਜਿਹੜਾ ਕਿ ਕਈ ਵਿਚਾਰੇ ਸ਼ੌਂਕ ਹੁੰਦਾ ਉਹਨਾਂ ਨੂੰ ਆਪਣਾ ਸਰੀਰ ਬਣਾਉਣ ਦਾ, ਔਰ ਉਹਨਾਂ ਉਹ ਪੈਸੇ ਪੱਖੋਂ ਜਿੰਮ ਨਹੀਂ ਜਾ ਸਕਦੇ, ਉਹਨਾਂ ਬਾਰੇ ਕੁਛ ਤੁਸੀਂ ਸੋਚਦੇ ਜੇ? ਮੈਂ ਅੱਗੇ ਵੀ ਮੀਡੀਆ ਰਾਹੀਂ ਕਹਿ ਚੁੱਕਾ ਹਾਂ ਕਿ ਜਿਹੜਾ ਬੱਚਾ ਫੀਸ ਗਰੀਬ ਆ, ਕਿਉਂਕਿ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਕਹਿ ਦਾਂ ਕਿ ਮੈਂ ਇੱਕ ਆਪ ਖੁਦ ਗਰੀਬ ਪਰਿਵਾਰ 'ਚੋਂ ਹਾਂ, ਅਤੇ ਕੋਈ ਵੀ ਗਰੀਬ ਬੱਚਾ ਜਿਹੜਾ ਐਕਸਰਸਾਈਜ਼ ਮਿਹਨਤ ਲਾਉਣਾ ਚਾਹੁੰਦਾ ਵਾ, ਜਿੰਮ ਲਗਾਉਣਾ ਚਾਹੁੰਦਾ, ਉਹਨੂੰ ਨਹੀਂ ਪੈਸੇ ਹੈਗੇ, ਉਸ ਨੂੰ ਫਰੀ ਐਡਮਿਸ਼ਨ ਫਰੀ ਕੋਚਿੰਗ ਦਿੱਤੀ ਜਾਊਗੀ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ, ਜਿਹੜਾ ਮੇਰਾ ਵੱਡਾ ਛੋਟਾ ਭਰਾ ਜਿਹੜੀਆਂ ਨਸ਼ੇ ਦੀਆਂ ਦਲਦਲਾਂ 'ਚ ਫਸਿਆ, ਉਹ ਨਸ਼ੇ ਨੂੰ ਤਿਆਗ ਕੇ ਖੇਡਾਂ ਨਾਲ ਜੁੜਨਾ ਚਾਹੁੰਦਾ ਵਾ, ਉਹ ਮੇਰੇ ਕੋਲ ਆ ਸਕਦਾ, ਉਹਦੀ ਵੀ ਫਰੀ ਐਡਮਿਸ਼ਨ ਫਰੀ ਕੋਚਿੰਗ ਔਰ ਫਰੀ ਫੀਸ। ਠੀਕ ਹੈ। ਅਤੇ ਵਰਿੰਦਰ ਜੀ, ਤੁਹਾਡੀ ਏਜ ਕਿੰਨੀ ਹੋ ਗਈ ਹੁਣ ਤੱਕ? ਮੇਰੀ ਏਜ 43 ਸਾਲ ਦੀ ਉਮਰ ਹੋ ਗਈ ਜੀ। ਮਤਲਬ 43 ਦੀ ਤੁਹਾਡੀ ਏਜ ਹੋ ਗਈ, ਔਰ ਤੁਹਾਡੀ ਜਿਹੜੀ ਬੋਡੀ ਦਾ ਰਾਜ ਕੀ ਆ? ਰਾਜ ਮੇਰੀ ਬੋਡੀ ਦਾ ਇਹ ਕੀ ਹੈ ਕਿ ਮੈਂ ਵੇਖੋ ਜੀ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਥੋੜ੍ਹਾ ਖਾ ਲਓ, ਚੰਗਾ ਖਾ ਲਓ, ਔਰ ਮਿਹਨਤ ਕਰੋ, ਵਧੀਆ ਮਿਹਨਤ ਕਰੋ। ਅਤੇ ਦੂਜੀ ਗੱਲ ਮੈਂ ਕਹੂੰਗਾ ਕਿ ਜਿਹੜੇ ਮੇਰੇ ਨੌਜਵਾਨ ਆ ਉਹ ਸਰੀਰ ਬਣਾਉਣ ਦੇ ਲਈ ਸ਼ੋਰਟਕੱਟ ਬਣਾਉਂਦੇ ਆ, ਸ਼ੋਰਟਕੱਟ ਨਾ ਅਪਣਾਓ। ਜਿੱਥੇ ਸਾਲ 'ਚ ਤਿਆਰ ਹੋਣਾ ਉੱਥੇ 2 ਸਾਲ ਲੱਗ ਜਾਊਗੇ, ਹੋਰ ਸ਼ੋਰਟਕੱਟ ਨਾ ਅਪਣਾਓ। ਜੇ ਸ਼ੋਰਟਕੱਟ ਜਿਹੜੇ ਖਿਡਾਰੀ ਆ ਅੱਜ ਕੱਲ੍ਹ ਲੋਕ ਜਿਹੜੇ ਨੌਜਵਾਨ ਲਾਈ ਲੱਗਾ, ਜੇ ਵੇਚਦੇ ਉਹਦਾ ਡੋਲਾ ਵੱਡਾ ਵਾ ਅਤੇ ਆਪਾਂ ਉਹਦਾ ਆਪਣਾ ਡੋਲਾ ਵੱਡਾ ਕਰਨਾ, ਉਹ ਸਟੀਰੋਇਡ ਵਗੈਰਾ ਯੂਜ਼ ਕਰਦੇ ਆ, ਉਹ ਮੇਰੇ ਭਰਾਵੋ ਸਟੀਰੋਇਡ ਯੂਜ਼ ਨਾ ਕਰੋ, ਥੋੜ੍ਹੀ ਮਿਹਨਤ ਕਰੋ, ਚੰਗਾ ਖਾਓ, ਚੰਗੀ ਡਾਇਟ ਲਓ। ਕੋਈ ਨਹੀਂ, ਜਿੱਥੇ ਸਾਲ ਨੂੰ ਬਣਨਾ ਉੱਥੇ 3 ਸਾਲਾਂ ਨੂੰ ਬਣੂਗਾ ਜ਼ਰੂਰ, ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲੂਗਾ। ਜਿਹੜੇ ਬੰਦੇ ਪ੍ਰੋਫੈਸ਼ਨਲ ਬੰਦੇ ਬੋਡੀ ਬਿਲਡਰ ਆ ਜਾਂ ਪ੍ਰੋਫੈਸ਼ਨਲ ਪਾਵਰ ਲਿਫਟਰ ਵਾ, ਉਹ ਜੇ ਸਟੀਰੋਇਡ ਯੂਜ਼ ਕਰਦੇ ਆ, ਉਹਨਾਂ ਦੇ ਪ੍ਰੋਪਰ ਡਾਕਟਰ ਹੁੰਦੇ ਆ, ਉਹਨਾਂ ਦੇ ਪ੍ਰੋਪਰ ਕੋਚ ਵਧੀਆ ਹੁੰਦੇ ਆ, ਉਹ ਤਾਂ ਸਟੀਰੋਇਡ ਯੂਜ਼ ਕਰਦੇ ਆ, ਕਰਦੇ ਆ। ਕੋਈ ਇਹਦਾ ਕੋਈ ਮੈਂ ਸਟੀਰੋਇਡ ਯੂਜ਼ ਕਰਨ ਦਾ ਮੈਂ ਕਹਿੰਦੀ ਕਹਿੰਦੇ, ਜਿਹੜੇ ਪ੍ਰੋਪਰ ਪ੍ਰੋਫੈਸ਼ਨਲ ਬੰਦੇ ਕਰਦੇ ਵੀ ਆ, ਕਰਦੇ ਆ, ਕਰੋ ਜੇ ਕਰਦੇ ਆ, ਜੇ ਕਰਨਾ ਚਾਹੁੰਦੇ ਉਹ ਕਰਦੇ ਆ, ਕਿਉਂਕਿ ਲੈਣ ਹੀ ਇੱਦਾਂ ਦੀ ਉਹਨਾਂ ਦੀ। ਪਰ ਮੈਂ ਇਹੋ ਹੀ ਗੱਲ ਕਹੂੰਗਾ ਕਿ ਆਪਣੀ ਡਾਕਟਰ ਤੋਂ ਬਿਨਾਂ, ਆਪਣੇ ਕੋਚ ਤੋਂ ਬਿਨਾਂ ਸਟੀਰੋਇਡ ਯੂਜ਼ ਨਾ ਕਰੋ, ਬਸ ਮੈਂ ਇਹ ਕਹਿਣਾ ਚਾਹੁੰਦਾ। ਇਹ ਬਾਡੀ ਬਣਾਉਣ ਦੀ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਆ? ਇਹ ਬਾਡੀ ਬਣਾਉਣ ਦੀ ਪ੍ਰੇਰਣਾ ਜੀ, ਮੈਂ ਤੁਹਾਨੂੰ ਦੱਸਿਆ ਕਿ ਮੇਰੇ ਫਾਦਰ ਸਾਹਿਬ ਹੀ ਭਲਵਾਨੀ ਕਰ ਦਿੰਦੇ ਸੀ ਜਦੋਂ ਮੈਂ ਛੋਟੇ ਹੁੰਦਿਆਂ ਤੋਂ ਵੇਚਦਾ ਸੀ, ਅਤੇ ਮੈਨੂੰ ਸ਼ੌਂਕ ਸੀ ਕਿ ਮੰਮੀ ਇਹ ਮੈਂ ਬਾਡੀ ਬਣਾਵਾਂ, ਸ਼ੌਂਕ ਸੀ। ਪਰ ਮੈਂ ਹੌਲੀ ਹੌਲੀ ਤੁਹਾਡੇ ਪਿਆਰ ਸਦਕਾ ਅਤੇ ਇੱਥੋਂ ਤੱਕ ਪਹੁੰਚੇ। ਆੜੇ ਤੁਸੀਂ ਡਾਇਟ ਬੱਚਿਆਂ ਨੂੰ ਦੱਸਦੇ ਜੇ, ਕੀ ਕਹਿੰਦੇ ਉਹਨੂੰ ਡੱਬੇ ਕਾਹਦੇ ਹੁੰਦੇ ਸਪਲੀਮੈਂਟ, ਫੂਡ ਸਪਲੀਮੈਂਟ ਵਗੈਰਾ ਦੇ? ਇਹ ਕਈ ਬੱਚੇ ਜਿਹੜੇ ਆ ਘਰੋਂ ਗਰੀਬ ਹੁੰਦੇ ਆ, ਉਹ ਅਫੋਰਡ ਨਹੀਂ ਕਰ ਸਕਦੇ, ਉਹ ਫਿਰ
ਕੀ ਚੀਜ਼ ਖਾਣ ਜਿਹੜੇ ਜਿਹਦੇ ਨਾਲ ਉਹਨਾਂ ਦੀ ਬੋਡੀ ਇੱਦਾਂ ਵਧੀਆ? ਮੈਂ ਇੱਕ ਗੱਲ ਮੈਂ ਤੁਹਾਡੀ ਕਹਿਣ ਲੱਗਾ, ਮੈਂ ਵੀ ਇਸ ਗੱਲ ਦਾ ਜਵਾਬ ਦਊਂ ਤੁਹਾਡੇ ਕੋਲ। ਮੈਂ ਕਈ ਬੰਦੇ ਕਹਿ ਦਿੰਦੇ ਆ ਕਿ ਸਪਲੀਮੈਂਟ ਖਾਣ ਨਾਲ, ਫੂਡ ਸਪਲੀਮੈਂਟ ਖਾਣ ਨਾਲ ਤਗੜਾ ਆ ਜਾਂਦਾ, ਜਿਹੜੇ ਡੱਬੇ ਖਾਧੇ ਆ, ਇੰਨੇ ਖਾਧੇ ਆ, ਇੰਨੇ ਉਹ। ਮੇਰੇ ਭਰਾਵੋ, ਮੈਂ ਤੁਹਾਨੂੰ ਕਹਿੰਦਾ ਕਿ ਡੱਬੇ ਖਾਣ ਨਾਲ ਬੰਦਾ ਤਗੜਾ ਹੁੰਦਾ। ਜੇ ਬੰਦੇ ਡੱਬੇ ਖਾਣ ਨਾਲ ਨੌਜਵਾਨ ਤਗੜੇ ਹੋ ਜਾਣਾ, ਤਾਂ ਸਾਰੀ ਦੁਨੀਆ ਜਿਹੜੇ ਤਗੜੇ ਸ਼ਾਹੂਕਾਰ ਲਾਲੇ ਬੈਠੇ ਆ ਨਾ, ਐਡੇ ਤੇ ਤਗੜੇ ਸ਼ਾਹੂਕਾਰ ਬੈਠੇ ਆ, ਉਹ ਸਾਰੀ ਦੁਨੀਆ ਡੱਬੇ ਖਾ ਕੇ ਤਗੜੇ ਹੋ ਜਾਈਏ। ਇਹ ਮਿਹਨਤ ਲਾਉਣੀ ਪੈਂਦੀ ਹੈ, ਡਾਇਟ ਖਾਣੀ ਪੈਂਦੀ ਚੰਗੀ ਡੱਬਿਆਂ ਨਾਲ ਤਗੜਾ ਨਹੀਂ ਦਾ। ਦੂਜੀ ਗੱਲ, ਜੇ ਤੁਹਾਡੇ ਕੋਲ ਡੱਬੇ ਖਾਣ ਦੇ ਲਈ ਪੈਸੇ ਨਹੀਂ ਹੈਗੇ, ਠੀਕ ਆ, ਮੈਂ ਭਰਾਓ ਉਹਨਾਂ ਨੂੰ ਕਹਿੰਦਾ ਤੁਸੀਂ ਦੋ ਤਿੰਨ ਟਾਈਮ ਦਲੀਆ ਖਾਓ, ਬਨੈਨਾ ਸ਼ੇਕ ਪੀਓ, ਠੀਕ ਆ ਜੀ, ਦਲੀਆ ਖਾਓ, ਬਨੈਨਾ ਸ਼ੇਕ ਪੀਓ। ਔਰ ਅੱਜ ਕੱਲ੍ਹ ਦਾਲਾਂ ਆ ਰਹੀਆਂ, ਦਾਲਾਂ ਬਲੈਕ ਚਨੇ ਆ, ਵਾਈਟ ਚਨੇ ਆ, ਰਾਜਮਾਂਹ ਰੋਂਗੀ ਆ, ਮੂੰਗੀ ਹਰੀ ਦਾਲ ਮੂੰਗੀ ਦੀ, ਉਹ ਦਾਲ ਉਹਨੂੰ ਥੋੜ੍ਹੀ ਜਿਹੀ ਕਰਕੇ ਵੀ 10-15 ਦਾਣੇ ਉਸਨੂੰ ਸਵੇਰੇ ਰਾਤ ਨੂੰ ਭਿਓ ਲਓ, ਸਵੇਰੇ ਉਬਾਲ ਕੇ ਉਸਨੂੰ ਚੰਗਾ ਖਾਓ। ਉਸ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਆ, ਬਹੁਤ ਜ਼ਿਆਦਾ ਵਧੀਆ ਪ੍ਰੋਟੀਨ ਮਿਲਦਾ ਉਹਦੇ ਵਿੱਚ। ਔਰ ਚ ਖੀਰਾ ਕੱਟੋ, ਸਲਾਦ ਕੱਟ ਲਓ, ਉਹਦੇ ਵਿੱਚ ਥੋੜ੍ਹੀ ਜਿਹੀ ਦਹੀਂ ਪਾਓ, ਇਹੋ ਜਿਹੀਆਂ ਚੀਜ਼ਾਂ ਖਾਓ ਜਿਹੜਾ ਬੰਦਾ ਡੱਬੇ ਖਾਣ ਦੇ ਲਈ ਪੈਸੇ ਨਹੀਂ ਹੈਗੇ, ਆ ਵਰਤੋਂ ਕਰ ਸਕਦਾ ਉਹਦੀ। ਠੀਕ ਹੈ ਜੀ, ਅਖੀਰ ਵਿੱਚ ਸਾਡੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਕਿ ਆਪਣਾ ਸਰੀਰ ਬਣਾਉਣਾ ਚਾਹੁੰਦੇ, ਤੁਹਾਡੇ ਵਾਂਗੂ ਬੋਡੀ ਬਿਲਡਰ ਬਣਨਾ ਚਾਹੁੰਦੇ ਆ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਜਿਹੜੇ ਨੌਜਵਾਨ ਆ, ਮੈਂ ਇੱਕ ਮੈਂ ਗੱਲ ਹੋਰ ਕਹਿਣ ਲੱਗਾ, ਜਿਹੜੇ ਨੌਜਵਾਨ ਜਿਹੜੇ ਨਸ਼ੇ ਦੀ ਦਲਾਂ 'ਚ ਫਸੇ ਆ, ਉਹ ਭਰਾਵੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਨਸ਼ੇ ਨੂੰ ਤਿਆਗ ਕੇ ਆਪਣਾ ਧਿਆਨ ਖੇਡਾਂ ਨਾਲ ਜੋੜੋ, ਚੰਗੀ ਸਿਹਤ ਬਣਾਓ ਅਤੇ ਆਪਣੇ ਮਾਂ ਪਿਓ ਦੀ ਸੇਵਾ ਕਰੋ। ਅਤੇ ਦੂਜੀ ਗੱਲ ਮੈਂ ਫਿਰ ਕਹਿਣ ਲੱਗਾ ਨੌਜਵਾਨਾਂ ਨੂੰ, ਆਪਣਿਆਂ ਨੂੰ, ਮਤਲਬ ਸ਼ੋਰਟਕੱਟ ਤਰੀਕਾ ਨਾ ਅਪਣਾਓ, ਥੋੜ੍ਹਾ ਸਮਾਂ ਲੱਗ ਜੂਗਾ, ਕਿਸੇ ਵੱਲ ਵੇਖ ਕੇ ਕਿਸੇ ਰੀਸ ਨਾ ਕਰੋ, ਸਮਾਂ ਲੱਗ ਜੂਗਾ, ਪਰ ਤੁਹਾਨੂੰ ਮਿਹਨਤ ਦਾ ਫਲ ਜ਼ਰੂਰ ਮਿਲੂਗਾ। ਜੇਕਰ ਕੋਈ ਨੌਜਵਾਨ ਨਸ਼ੇ ਛੱਡ ਕੇ, ਨਸ਼ੇ ਤਿਆਗ ਕੇ ਤੁਹਾਡੇ ਕੋਲ ਆਉਣਾ ਚਾਹੇ, ਕੀ ਸਹਾਇਤਾ ਕਰੋਗੇ ਉਹਦੀ? ਮੈਂ ਉਹਦੀ ਪ੍ਰੋਪਰ ਸਹਾਇਤਾ ਕਰੂੰਗਾ ਜੀ, ਉਹਨੂੰ ਫਰੀ ਐਡਮਿਸ਼ਨ, ਫਰੀ ਕੋਚਿੰਗ ਅਤੇ ਫਰੀ ਫੀਸਿੰਗ। ਜਿੱਦਾਂ ਮੈਂ ਇੱਕ ਨੋਰਮਲ ਬੰਦੇ ਨੂੰ ਜਾ ਸਿਖਾਉਂਦਾ ਜਾਂ ਕੋਈ ਦੱਸਦਾ ਵਾਂ, ਜਿੰਨੀ ਕੁ ਮੇਰੇ 'ਚ ਟੈਲੈਂਟ ਹੈਗਾ, ਜਿੰਨਾ ਕੁ ਮੇਰੇ 'ਚ ਹੈਗਾ, ਉੱਦਾਂ ਹੀ ਮੈਂ ਉਸ ਬੱਚੇ ਦੀ ਮਦਦ ਕਰੂੰਗਾ। ਵੈਰੀ ਗੁੱਡ ਜੀ, ਬਹੁਤ ਵਧੀਆ ਜੀ। ਵੇਖੋ ਜੀ, ਕਿੱਡੀ ਸੋਹਣੀ ਅਖੀਰ 'ਚ ਇਹਨਾਂ ਨੇ ਗੱਲ ਕਹੀ ਆ ਕਿ ਜਿਹੜਾ ਵੀ ਨੌਜਵਾਨ ਨਸ਼ੇ ਛੱਡ ਕੇ ਇਹਨਾਂ ਕੋਲ ਆਵੇ, ਆਪਣਾ ਸਰੀਰ ਬਣਾਉਣਾ ਚਾਹੇ, ਔਰ ਉਹਨਾਂ ਵਾਸਤੇ ਫਰੀ ਐਡਮਿਸ਼ਨ ਔਰ ਫਰੀ ਕੋਚਿੰਗ ਔਰ ਫਰੀ ਫੀਸ ਵੀ, ਫਰੀ ਕੋਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ, ਔਰ ਇੱਥੋਂ ਤੱਕ ਕਿ ਉਹਨਾਂ ਨੂੰ ਜੋ ਵੀ ਇਹਨਾਂ ਦਾ ਸਪਲੀਮੈਂਟ ਵਗੈਰਾ ਜਿਹੜਾ ਦਿੰਦੇ ਉਹ ਵੀ ਫਰੀ ਦੇਣਗੇ। ਬੜੀ ਵੱਡੀ ਗੱਲ ਆ। ਔਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਜਿਹੜੀ ਇਹ ਚੈਂਪੀਅਨਸ਼ਿਪ ਕਰਾਉਂਦੇ ਆ ਰਹੇ ਆ ਪਿਛਲੇ ਲਗਭਗ 18 ਸਾਲਾਂ ਤੋਂ, ਉਹਦੇ ਵਿੱਚ ਕਿਸੇ ਵੀ ਸਰਕਾਰ ਦਾ ਕੋਈ ਸਹਿਯੋਗ ਨਹੀਂ ਹੈਗਾ। ਜਿੰਨਾ ਵੀ ਇਹ ਵਿਚਾਰਾ ਕਰਦੇ ਆ, ਕੁਝ ਇਹਨਾਂ ਦੇ ਸੱਜਣ ਮਿੱਤਰ ਆ ਜਿਹੜੇ ਕੁਛ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਇਹਨਾਂ ਦੀ ਸਹਾਇਤਾ ਕਰਦੇ ਆ, ਔਰ ਕੁਛ ਆਪਣੇ ਇੱਥੇ ਸਾਡੇ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਵੀ ਲੋਕ ਹੈਗੇ ਜਿਹੜੇ ਕਿ ਇਹਨਾਂ ਦੀ ਸਹਾਇਤਾ ਕਰਦੇ ਆ, ਔਰ ਉਹਦੇ ਨਾਲ ਇਹ ਪਿਛਲੇ 18 ਸਾਲਾਂ ਤੋਂ ਇਹ ਚੈਂਪੀਅਨਸ਼ਿਪ ਕਰਾਉਂਦੇ ਆ ਰਹੇ ਆ। ਔਰ ਇਹਨਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਆ ਕਿ ਜੇਕਰ ਕੋਈ ਨਹੀਂ ਜ਼ਿਆਦਾ ਪੈਸੇ ਖਰਚ ਸਕਦਾ ਤਾਂ ਉਹਨਾਂ ਨੂੰ ਇਹਨੇ ਜੋ ਵੀ ਇਹਨਾਂ ਨੇ ਡਾਇਟ ਦੱਸੀ ਆ ਉਹ ਡਾਇਟ ਦਾ ਉਹ ਇਸਤੇਮਾਲ ਕਰ ਸਕਦੇ ਆ। ਮੈਂ ਜੰਡਿਆਲਾ ਗੁਰੂ ਤੋਂ ਜਸਪਾਲ ਸ਼ਰਮਾ, ਦਾ ਸਮਰ ਨਿਊਜ਼।